सरकारी अस्पताल अजनाला दे विच मरीजां नूं खज्जल खवार होना पै रिहा है। खज्जल खवार होण दा कारण है सरकारी अस्पताल अजनाला दे विच रेबीज दे इंजैक्शन दी कमी दा होना। दरअसल इत्थे इंजैक्शन खत्म हो चुके ने, जिस दे चलदे महंगीआं कीमतां दे उत्ते मैडिकल स्टोर दे उत्तों इस इंजैक्शन नूं मरीज खरीददे होए नजर भी आ रहे ने। चंगीआं सिहत सुविधावां दा दावा करन वाली पंजाब सरकार दे इक वार फिर दावेआं दी पोल खुल गई है। हस्पताल दे अंदर एंटी रेबीज इंजैक्शन ना मिलण दे चलदे ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਤੋਂ ਅੱਜ ਦੀ ਆਵਾਜ਼ ਦੇ ਲਈ ਵਿਨੋਦ ਕੁਮਾਰ ਦੀ ਰਿਪੋਰਟ। ਕੀ ਕਹਿਣਾ ਚਾਹੁੰਦੇ? ਮੇਰਾ ਨਾਮ ਹੈ ਜੀ ਵਿਨੋਦ ਕੁਮਾਰ ਆਸ਼ੂ ਆ। ਮੈਂ ਅੱਜ ਪਰਸੋਂ ਦਾ ਮੇਰੇ ਬੱਚੇ ਨੂੰ ਕੁੱਤੇ ਨੇ ਕੱਟਿਆ ਸੀਗਾ। ਮੈਂ ਕੱਲ੍ਹ ਵੀ ਹਸਪੀਟਲ ਆਇਆ ਵੈਕਸੀਨੇਸ਼ਨ ਵਾਲੇ ਵਾਸਤੇ। ਕੱਲ੍ਹ ਵੀ ਕਹਿੰਦੇ ਜੀ ਸਾਡੇ ਡਾਕਟਰ ਨਹੀਂ ਇੱਥੇ ਹੈਗੇ। ਅੱਜ ਆਇਆ ਦੀ ਅੱਜ ਕਹਿੰਦੇ ਪਏ ਆ ਵੀ ਸਾਡੇ ਕੋਲ ਵੈਕਸੀਨ ਨਹੀਂ ਹੈਗੀ। ਅਵਾਰਾ ਕੁੱਤੇ ਸ਼ਹਿਰਾਂ 'ਚ ਤੁਰੇ ਫਿਰਦੇ ਆ। ਸਰਕਾਰ ਦਾ ਕੋਈ ਇੱਥੇ ਦੇਖ ਰੇਖ ਨਹੀਂ ਹੈਗੀ। ਸ਼ਹਿਰ ਦੇ ਵਿੱਚ ਗੰਦ ਪਿਆ ਹੋਇਆ, ਨਾ ਵੈਕਸੀਨ ਹੈਗੀ, ਨਾ ਡਾਕਟਰਾਂ ਕੋਲ ਕੁਛ ਹੈਗਾ। ਸਰਕਾਰ ਬੜੇ ਬੜੇ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਹਸਪਤਾਲਾਂ 'ਚ ਦਵਾਈ ਪੂਰੀ ਹੈ, ਵੈਕਸੀਨ ਪੂਰੀ ਹੈ। ਉੱਥੇ ਸਰਕਾਰੀ ਹਸਪਤਾਲਾਂ 'ਚ ਜਾਓ, ਸਰਕਾਰੀ ਹਸਪਤਾਲਾਂ 'ਚ ਜਾਓ, ਨਿਰੇ ਧੱਕੇ ਮਿਲਦੇ ਪਏ, ਹੋਰ ਕੁਛ ਨਹੀਂ ਹੈਗਾ ਜੀ। ਸਰਕਾਰ ਕਹਿੰਦੀ ਵੀ ਪ੍ਰਬੰਧ ਕਰਨੇ ਆ ਸਾਰੇ? ਕੋਈ ਪ੍ਰਬੰਧ ਨਹੀਂ ਹੈਗਾ ਜੀ, ਖੋਖਲੇ ਪ੍ਰਬੰਧ ਆ ਸਰਕਾਰ ਦੇ। ਤੁਸੀਂ ਆਪੇ ਜਾ ਕੇ ਅੰਦਰ ਵੇਖ ਲਓ, ਜੇ ਕੋਈ ਅੰਦਰ ਵੈਕਸੀਨੇਸ਼ਨ ਹੈਗੀ ਹੈ, ਧੱਕੇ ਲੋਕ ਖਾਂਦੇ ਆ, ਵੇਖੋ ਭੀੜ ਆ ਕਿਤਨਾ। ਨਾ ਕਿਸੇ ਨੇ ਮਾਸਕ ਲਾਇਆ, ਨਾ ਕੋਈ ਲੈਣਾ, ਨਾ ਕੋਈ ਦੇਣਾ। ਮੰਤਰੀ ਸਾਹਿਬ ਕਹਿੰਦੇ ਛਾਪੇਮਾਰੀ ਕਰ ਰਹੇ ਹਸਪਤਾਲਾਂ 'ਚ, ਕਹਿੰਦੇ ਦਵਾਈਆਂ ਪੂਰੀਆਂ ਕਰ ਰਹੇ ਆ, ਸਭ ਖਾਮੀਆਂ ਪੂਰੀਆਂ ਕਰ ਰਹੇ। ਕਿਹੜੀ ਛਾਪੇਮਾਰੀ ਜੀ? ਆ ਬਾਹਰ ਜਾ ਕੇ ਤੁਸੀਂ ਦੇਖੋ ਲੋਕਾਂ ਦੀਆਂ ਦੁਕਾਨਾਂ ਦੇ ਉੱਤੇ ਅੰਦਰ ਡਾਕਟਰ ਦਵਾਈਆਂ ਲਿਖੀ ਜਾਂਦੇ, ਲੋਕ ਬਾਹਰੋਂ ਪ੍ਰਾਈਵੇਟ ਲਈ ਲੈਂਦੇ ਆ, ਅੰਦਰ ਦਵਾਈ ਕੋਈ ਨਹੀਂ ਹੈਗੀ। ਇਹ ਸਰਕਾਰਾਂ ਦੇ ਖੋਖਲੇ ਦਾਅਵੇ ਆ। ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੋ ਮੰਗ ਕਰਦੇ ਹਾਂ ਜੀ, ਜੇ ਤਾਂ ਇਹਨਾਂ ਕੋਲ ਹਸਪਤਾਲਾਂ 'ਤੇ ਹੈਗਾ ਕੁਛ ਨਹੀਂ, ਜਿੰਦਰੇ ਮਨ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਜਾਣ, ਕਮ ਸੇ ਕਮ ਆਪਣਾ ਇਲਾਜ ਤਾਂ ਚੰਗੀ ਤਰ੍ਹਾਂ ਕਰਾ ਸਕਣ। ਹਾਂਜੀ ਸਰ, ਜਿਹੜੇ ਐਂਟੀ ਰੈਬਿਸ ਇੰਜੈਕਸ਼ਨ ਨਹੀਂ ਮਿਲ ਰਹੇ, ਕੀ ਕਹਿਣਾ ਚਾਹੁੰਦੇ? ਸੈਚਰਡੇ ਤੋਂ ਹੀ ਇਹ ਖਤਮ ਹੋਏ ਆ, ਪਹਿਲਾਂ ਆਪਣੇ ਕੋਲ ਸੀਗੇ ਅਵੇਲੇਬਲ ਸੀ, ਪਰ ਹੁਣ ਇਸ ਵੇਲੇ ਜੋ ਪ੍ਰੈਜੈਂਟ ਸਿਨੈਰੀਓ ਇਹ ਹੈ ਕਿ ਵੀ ਆਪਾਂ ਡਿਮਾਂਡ ਕੀਤੀ ਹੈ ਕਿ ਅੱਜ ਸਾਡੇ ਫਾਰਮਾਸਿਸਟ ਗਏ ਨੇ ਲੈਣ ਵਾਸਤੇ, ਵੇਅਰ ਹਾਊਸ ਤੋਂ ਅੱਜ ਸ਼ਾਮ ਤੱਕ ਕਲੀਅਰ ਹੋ ਜਾਏਗਾ ਵੀ ਕਿੰਨੇ ਵੈਕਸੀਨ ਉੱਥੇ ਅਵੇਲੇਬਲ ਹੈ ਕਿ ਨਹੀਂ ਹੈ, ਜਦੋਂ ਆਉਣਗੇ ਆਪ ਜੀ ਵਾਸਤੇ ਕਰੋਗੇ ਸਰ ਵਾਸਤੇ। ਸਰ ਪਰ ਲੋਕ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਕਿਸੇ ਦੇ ਬੱਚੇ ਨੂੰ ਕੱਟਿਆ ਤਾਂ ਪਰ ਮਿਲ ਨਹੀਂ ਰਹੇ, ਬਾਹਰੋਂ ਬਹੁਤ ਕੋਸਟਲੀ ਮਿਲਦੇ ਆ। ਫਿਰ ਵੈਕਸੀਨ ਤਾਂ ਗੌਰਮੈਂਟ ਦੀ ਜਿੰਨੀ ਸਪਲਾਈ ਆਏਗੀ ਉਦੋਂ ਹੀ, ਬੇਸਿਕਲ ਤਾਂ ਸਪਲਾਈ ਨਾਲ ਰਿਲੇਟਡ ਹੀ ਆ। ਸਪਲਾਈ ਆ ਜਾਏਗੀ ਤਾਂ ਆਪਾਂ ਇਸ਼ੂ ਕਰਦੇ ਹਾਂ। ਸਰ ਪਿੱਛੇ ਸਟੋਕ ਦਾ ਕੀ ਲੱਗਦਾ ਹੈਗਾ? ਸਟੋਕ ਅੰਮ੍ਰਿਤਸਰ 'ਚ ਕਿ ਨਹੀਂ ਅੰਮ੍ਰਿਤਸਰ 'ਚ ਮਿਲ ਰਿਹਾ ਜੀ? ਅੰਮ੍ਰਿਤਸਰ ਦੇ ਵਿੱਚ ਐਗਜੈਕਟ ਪਤਾ ਨਹੀਂ ਹੈ, ਬਟ ਮੋਸਟਲੀ ਇੱਕ ਪੇਸ਼ੈਂਟ ਦਾ ਹੀ ਆਵਾਜ਼ ਦੱਸਿਆ ਸੀ ਕਿ ਉੱਥੇ ਅਵੇਲੇਬਲ ਨਹੀਂ ਹੈ। ਅਤੇ ਕਦ ਤੱਕ ਆਉਣ ਦੀ ਉਮੀਦ ਹੈ ਜੀ? ਫਿਰ ਸ਼ਾਮ ਤੱਕ ਕਲੀਅਰ ਹੋ ਜਾਏਗਾ ਕਿ ਮੈਡੀਸਨ ਉੱਥੇ ਦਿੱਤਾ, ਵੇਅਰ ਹਾਊਸ 'ਤੇ ਆਈ ਹੈ ਕਿ ਨਹੀਂ ਆਈ। ਜੇ ਆਈ ਹੋਈ ਤਾਂ ਸ਼ਾਮ ਵੈਸੇ ਵੀ ਆ ਜਾਓ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।